ਜਿਹੜੀ ਸੱਚਾਈ ਦੀ ਗੱਲ ਆ, ਮੈਂ ਡਰ ਗਿਆ ਉੱਥੇ। ਮੈਂ ਵੇਖੋ, ਮੈਂ ਕੋਈ ਮਤਲਬ ਇਹੋ ਜਿਹਾ ਬੰਦਾ ਨਹੀਂ, ਮੈਂ ਮਤਲਬ ਮੇਰਾ ਨਾਂ ਲੱਗਣ ਲੱਗ ਪਿਆ, ਮਿੱਠੂ ਤੂੰ ਕਰਾ ਤਾ, ਮਿੱਠੂ ਐਸ ਕਰਾ, ਮੈਂ ਮੇਰਾ ਕੀ ਕਸੂਰ ਹੈ। ਰੇਲ ਹਾਦਸਾ ਵਾਪਰਨ ਤੋਂ ਬਾਅਦ ਅਗਲੀ ਹੀ ਰਾਤ ਦੁਸ਼ਹਿਰੇ ਦਾ ਪ੍ਰਬੰਧਕ ਮਿੱਠੂ ਮਦਾਨ ਫਰਾਰ ਹੋ ਗਿਆ ਸੀ, ਜਿਸ ਤੋਂ ਬਾਅਦ ਸਿਆਸਤਦਾਨਾਂ ਵੱਲੋਂ ਉਸ ਤੇ ਕਾਫੀ ਨਿਸ਼ਾਨੇ ਸਾਧਨੇ ਸ਼ੁਰੂ ਕਰ ਦਿੱਤੇ ਗਏ। ਕਈ ਲੀਡਰਾਂ ਵੱਲੋਂ ਤਾਂ ਇੱਥੋਂ ਤੱਕ ਕਹਿ ਦਿੱਤਾ ਗਿਆ ਸੀ ਕਿ ਮਿੱਠੂ ਨਵਜੋਤ ਸਿੰਘ ਸਿੱਧੂ ਦੇ ਘਰ ਲੁਕੇ ਹੋਏ ਨੇ, ਪਰ ਹੁਣ ਮੀਡੀਆ ਸਾਹਮਣੇ ਆ ਕੇ ਮਿੱਠੂ ਨੇ ਇੱਕ ਇੱਕ ਗੱਲ ਦਾ ਜਵਾਬ ਦਿੱਤਾ ਤੇ ਉਸਦਾ ਕਹਿਣਾ ਸੀ ਕਿ ਉਸ ਹਾਦਸੇ ਤੋਂ ਬਾਅਦ ਕਾਫੀ ਡਰ ਗਿਆ ਸੀ ਤੇ ਲੋਕ ਆਪਣਾ ਗੁੱਸਾ ਉਸ ਤੇ ਉਤਾਰ ਰਹੇ ਸਨ, ਜਿਸ ਕਾਰਨ ਉਸ ਨੂੰ ਘਰ ਤੋਂ ਜਾਣਾ ਪਿਆ। ਮੈਂ ਜੀ ਫਰਾਰ ਨਹੀਂ ਹੋਇਆ, ਜਿਹੜੀ ਸੱਚਾਈ ਦੀ ਗੱਲ, ਮੈਂ ਡਰ ਗਿਆ ਉੱਥੇ। ਮੈਂ ਵੇਖੋ, ਮੈਂ ਕੋਈ ਮਤਲਬ ਇਹੋ ਜਿਹਾ ਬੰਦਾ ਨਹੀਂ, ਮੈਂ ਮਤਲਬ ਮੇਰਾ ਨਾਂ ਲੱਗਣ ਲੱਗ ਪਿਆ, ਮਿੱਠੂ ਤੂੰ ਕਰਾ ਤਾ, ਮਿੱਠੂ ਐਸ ਕਰਾ, ਮੈਂ ਮੇਰਾ ਕੀ ਕਸੂਰ ਹੈ। ਮੈਂ ਤਾਂ ਪ੍ਰੋਗਰਾਮ ਕਰਾਇਆ ਇੱਕ ਲੋਕਾਂ ਦੇ ਭਲੇ ਵਾਸਤੇ ਹੈ, ਲੋਕਾਂ ਨੂੰ ਇਕੱਠੇ ਕਰਨ ਵਾਸਤੇ, ਇੱਕ ਆਪਣਾ ਇਹ ਦੱਸਣ ਵਾਸਤੇ, ਇੱਕ ਪਰੰਪਰਾ ਚੱਲਦੀ ਰਹੇ, ਮਤਲਬ ਇਹ ਰਾਵਣ ਇਸ ਇਸ ਤਰ੍ਹਾਂ ਆਪਾਂ ਕਰਦੇ ਰਹੀਏ ਦੁਸ਼ਹਿਰੇ ਦਾ ਪ੍ਰੋਗਰਾਮ, ਪਰ ਇੱਥੇ ਕਿਸੇ ਦਾ ਪਤਾ ਹੀ ਨਹੀਂ ਲੱਗਾ ਕੀ ਹੋ ਗਿਆ। ਇਸ ਤੋਂ ਇਲਾਵਾ ਪੁਲਿਸ ਦੇ ਪ੍ਰਬੰਧਾਂ ਬਾਰੇ ਗੱਲ ਕਰਦਿਆਂ ਉਸਨੇ ਕਿਹਾ ਕਿ ਪੁਲਿਸ ਵੱਲੋਂ ਸਾਰੇ ਪ੍ਰਬੰਧਾਂ ਨੂੰ ਮੁਕੰਮਲ ਕਰ ਲਿਆ ਗਿਆ ਸੀ। ਪਟੜੀ ਦੂਰ ਹੋਣ ਦੇ ਬਾਵਜੂਦ ਵੀ ਇਹ ਹਾਦਸਾ ਵਾਪਰ ਗਿਆ, ਜਿਸ ਵਿੱਚ ਪ੍ਰਸ਼ਾਸਨ ਨੂੰ ਗਲਤ ਠਹਿਰਾਉਣਾ ਵੀ ਗਲਤ ਹੈ। ਜੀ ਪਰਮਿਸ਼ਨਾਂ ਲਈਆਂ ਸੀ ਜੀ, ਆਪਾਂ DCP ਸਾਹਿਬ ਕੋਲ ਵੀ ਲਈਆਂ ਸੀ ਪੁਲਿਸ ਦੀ ਪਰਮਿਸ਼ਨ, ਦੋ ਦਿਨ ਪਹਿਲਾਂ ਹੀ ਪੁਲਿਸ ਉੱਥੇ ਰਾਊਂਡ ਅਪ ਕਰਨ ਲੱਗ ਪਈ, ਸਾਰੇ ਡਿਪਟੀ SP ਸਾਰੇ ਆਏ ਉੱਥੇ, ਸਭ ਕੁਛ ਚੈੱਕ ਕੀਤਾ, ਪੁਲਿਸ ਨੇ ਪੂਰਾ ਆਪਣਾ ਵਧੀਆ ਤਰੀਕੇ ਨਾਲ ਸਿਸਟਮ ਰੱਖਿਆ ਸੀ, ਮਤਲਬ ਕੋਈ ਗੱਲ ਨਹੀਂ ਸੀ ਪੁਲਿਸ ਵੱਲੋਂ ਤੇ ਕਿਸੇ ਗੱਲ ਤੋਂ ਕੋਈ ਕਮੀ ਨਹੀਂ ਸੀ। ਕਾਰਪੋਰੇਸ਼ਨ ਤੋਂ ਵੀ ਆਪਾਂ ਨੂੰ ਟੈਂਕਰ ਪਾਣੀ ਦੇ ਆਏ ਪਏ ਸੀ, ਫਾਇਰ ਬ੍ਰਿਗੇਡ ਦੀ ਗੱਡੀ ਉੱਥੇ ਸੀ, ਸਭ ਕੁਛ ਉੱਥੇ ਸੀ, ਕੋਈ ਗੱਲ ਹੀ ਨਹੀਂ। ਆਪਾਂ ਜਿਹੜਾ ਪ੍ਰੋਗਰਾਮ ਕਰਾਇਆ ਆਪਣੀ ਹੱਦ 'ਚ ਰਹਿ ਕੇ ਕਰਾਇਆ, ਜਿਹੜਾ ਲਾਈਨਾਂ ਦਾ ਜੀ, ਉਹ ਲਾਈਨਾਂ ਤਾਂ ਥੋੜ੍ਹੀਆਂ ਸਾਈਡ 'ਤੇ ਹੈ, ਉੱਥੇ ਨਾਲ ਸਾਡਾ ਤਾਂ ਉੱਥੇ ਜਿੱਥੇ ਪ੍ਰੋਗਰਾਮ ਸੀ ਉੱਥੇ 8 to 10 feet ਦੀ ਬਾਉਂਡਰੀ ਵਾਲ ਸੀ। ਆਪਾਂ ਪ੍ਰੋਗਰਾਮ ਇੱਧਰ ਕਰਾ ਰਹੇ ਹਾਂ, ਉਹ ਲਾਈਨਾਂ ਉੱਧਰ, ਲੋਕ ਉੱਥੇ ਕਲੋਜਨ, ਉਹਦੇ 'ਚ ਸਾਡੀ ਕੀ ਗਲਤੀ? ਆਪਾਂ ਤਾਂ 5-7 ਵਾਰੀ ਅਨਾਊਂਸਮੈਂਟ ਕਰਾਈ, ਪੁਲਿਸ ਨੇ ਵੀ ਢਾਇਆ, ਆਪਾਂ ਵੀ ਅਨਾਊਂਸਮੈਂਟ ਕਰਾਈ, ਉੱਪਰ ਲੋਕ। ਨਵਜੋਤ ਕੌਰ ਸਿੱਧੂ ਬਾਰੇ ਗੱਲ ਕਰਦਿਆਂ ਉਸਨੇ ਕਿਹਾ ਕਿ ਘਟਨਾ ਵਾਪਰਨ ਤੋਂ ਪਹਿਲਾਂ ਸਿੱਧੂ ਉੱਥੋਂ ਚਲੇ ਗਏ ਸਨ ਤੇ ਉਹਨਾਂ ਦਾ ਇਸ ਵਿੱਚ ਕੋਈ ਵੀ ਕਸੂਰ ਨਹੀਂ ਹੈ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ। ਘਰ ਬੈਠੇ ਹਰ ਸਮੱਸਿਆ ਦਾ ਸਮਾਧਾਨ, ਬਗਲਾ ਮੁਖੀ ਸਿੱਧੀ ਦੁਆਰਾ ਸਿਰਫ 2 ਘੰਟੇ ਵਿੱਚ ਵਸ਼ੀਕਰਨ ਕਰਵਾਓ ਜਾਂ ਤੁੜਵਾਓ। ਵਰਲਡ ਫੇਮਸ ਪੰਡਿਤ RC ਭਾਰਗਵ, ਅਨਚਾਹਾ ਪਿਆਰ, ਜਾਦੂ ਟੋਣਾ, ਕੀਤਾ ਕਿਰਾਇਆ, ਪਤੀ ਪਤਨੀ ਵਿੱਚ ਅਣਬਣ, ਵਿਆਹ 'ਚ ਦੇਰੀ, ਔਲਾਦ ਸੁੱਖ, ਗੁਪਤ ਖਜ਼ਾਨਾ, ਕਾਰੋਬਾਰ, ਵਿਦੇਸ਼ ਯਾਤਰਾ, ਲਵ ਮੈਰਿਜ, 100% ਗਰੰਟੀ ਦੇ ਨਾਲ ਸਟਾਂਪ ਪੇਪਰ 'ਚ ਲਿਖ ਕੇ ਲਵੋ ਜੀ। ਸਾਰੀਆਂ ਸਮੱਸਿਆਵਾਂ ਦਾ ਸਮਾਧਾਨ ਮੇਰੇ ਕੋਲ, ਮੇਰੇ ਤੋਂ ਪਹਿਲਾਂ ਕੰਮ ਕਰਨ ਵਾਲੇ ਨੂੰ 1 ਕਰੋੜ ਦਾ ਇਨਾਮ, ਭੁੱਖਾ ਖਾਏ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਮਿਲੋ, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। 9872411134।